ਅਮਰੀਸ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬ੍ਰੀਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਹਰ ਰੋਜ਼ ਨਵੀਆਂ ਤਬਦੀਲੀਆਂ ਆ ਰਹੀਆਂ ਹਨ ਆਮ ਆਦਮੀ ਪਾਰਟੀ ਵੱਲੋਂ ਕਈ ਚੁਣੌਤੀਆਂ ਦੇ ਬਾਵਜੂਦ ਵੀ ਲੰਬੀ ਰੈਲੀ ਵਿਖੇ ਪਰਵਾਹ ਇਕੱਠੀ ਕੀਤਾ ਗਿਆ ਤੇ ਉੱਥੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਆਪਣਾ ਜਰਨੈਲ ਚੌਂ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਇਸ ਤੇ ਕਾਂਗਰਸ ਦੇ ਕਪਤਾਨ ਵੱਲੋਂ ਚੁਸਕੀ ਲੈਂਦੇ ਕਿਹਾ ਗਿਆ ਕਿ ਦੋਵੇਂ ਹੀ ਪਾਰਟੀਆਂ ਆਪਸ ਵਿੱਚੋਂ ਮਿਲੀਆਂ ਹੋਈਆਂ ਹਨ ਇਨਾ ਹੀ ਕੁਝ ਮੁੱਦਿਆਂ ਤੇ ਗੱਲਬਾਤ ਕਰਾਂਗੇ ਆਪਣੇ ਪ੍ਰਾਈਮ ਵਿਸ਼ਲੇਸ਼ਕ ਡਾਕਟਰ ਸੋਹੀ ਦੇ ਨਾਲ ਤੇ ਜਾਣਾਂਗੇ ਕਿ ਆਮ ਆਦਮੀ ਪਾਰਟੀ ਦੀ ਰਣਨੀਤੀ ਕਿੰਨੀ ਕੁ ਕਾਰਗਰ ਸਾਬਤ ਹੋਵੇਗੀ ਡਾਕਟਰ ਥੋੜਾ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਲੰਬੀ ਵਿੱਚ ਰੈਲੀ ਕੀਤੀ ਗਈ ਹੈ ਬਹੁਤ ਰੋਕਾਂ ਟੋਕਾਂ ਤੋਂ ਬਾਅਦ ਕਾਫੀ ਭਰਵੀਂ ਰੈਲੀ ਕੀਤੀ ਗਈ ਹੈ ਕੀ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੇ ਲੰਬੀ ਵਿੱਚ ਰੈਲੀ ਕਰਕੇ ਤੇ ਕਿੰਨਾ ਕੁ ਲਾਭ ਪਹੁੰਚੇਗਾ ਇਹਨਾਂ ਤੱਕ ਹਾਂ ਜਿਕਰ ਆ ਜੀ ਪਹਿਲੀ ਗੱਲ ਇਹ ਹੈ ਕਿ ਪੰਜਾਬ ਦੀ ਇਲੈਕਸ਼ਨ ਬੜੀ ਸਿਰ ਤੇ ਹੈ ਪੋਸਿਬਿਲਟੀ ਹੈ ਕਿ ਸ਼ਾਇਦ ਇਸ ਹਫਤੇ ਪੰਜ ਚਾਰ ਦਿਨਾਂ ਦੇ ਵਿੱਚ ਇਲੈਕਸ਼ਨ ਕੋਡ ਲੱਗ ਜਾਵੇ ਇਸ ਮਾਮਨਾਮੇ ਨੇ ਜਿਸ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ ਇਹ ਜੇ ਸੰਦਰਭ ਦੇ ਵਿੱਚ ਪੰਜਾਬ ਦੀ ਚੋਣ ਸਾਨੂੰ ਪਤਾ ਕਿ ਬਹੁਤ ਪਹਿਲਾਂ ਦੀ ਪੱਕੀ ਹੋਈ ਹੈ ਤਕਰੀਬਨ 1 ਸਾਲ ਹੀ ਹੋ ਗਿਆ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਚੋਣ ਦੰਗਲ ਦੇ ਵਿੱਚ ਸ਼ਾਮਲ ਨੇ ਅਤੇ ਸਾਰੀਆਂ ਨੇ ਕਾਫੀ ਆਪਣੇ ਪੱਤੇ ਖੋਲ ਵੀ ਚੁੱਕੀਆਂ ਹੋਈਆਂ ਨੇ ਬਹੁਤ ਸਾਰੇ ਆਪਣੇ ਕੈਂਡੀਡੇਟਸ ਅਨਾਉਂਸ ਵੀ ਕਰ ਚੁੱਕੀਆਂ ਹੋਈਆਂ ਨੇ ਜੀ ਸੋ ਅਜਿਹੀ ਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੰਬੀ ਦੇ ਵਿੱਚ ਰੈਲੀ ਕਰਨਾ ਇਥੋਂ ਇਹ ਸੰਦਰਭਕ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਪਹਿਲੀ ਗੱਲ ਤਾਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਤੇ ਵੱਧ ਰੈਲੀਆਂ ਕਰ ਰਹੀ ਹੈ ਕਦੇ ਪਹਿਲਾਂ ਮਜੀਠੇ ਦੇ ਵਿੱਚ ਰੈਲੀ ਕੀਤੀ ਕਦੇ ਕਿਸੇ ਥਾਂ ਦੇ ਉੱਤੇ ਕਦੇ ਕਿਸੇ ਥਾਂ ਦੇ ਉੱਤੇ ਜੇ ਰੈਲੀਆਂ ਦਾ ਹਿਸਾਬ ਕਿਤਾਬ ਰੱਖਣਾ ਹੋਵੇ ਤਾਂ ਆਮ ਆਦਮੀ ਪਾਰਟੀ ਬਹੁਤ ਰੈਲੀਆਂ ਕਰ ਚੁੱਕੀ ਹੈ ਦੂਜਿਆਂ ਦੇ ਮੁਕਾਬਲੇ ਦੇ ਜੀ ਪਰ ਲੰਬੀ ਦੇ ਵਿੱਚ ਰੈਲੀ ਦਾ ਕਰਨਾ ਇਹ ਆਪਣੇ ਆਪ ਦੇ ਵਿੱਚ ਰਾਜਨੀਤਿਕ ਮਹੱਤਵ ਰੱਖਦਾ ਹੈ। ਖਾਸ ਤੌਰ ਤੇ ਹੁਣ ਲੰਬੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੋ ਮੁੱਖ ਮੰਤਰੀ ਨੇ ਉਹਨਾਂ ਦੀ ਇਹ ਹੋਮ ਕੰਸਟੀਚਨਸੀ ਹੈ। ਜੀ ਲੰਬੇ ਸਮੇਂ ਤੋਂ ਉਹਨਾਂ ਦੀ ਕੰਸਟੀਚਨਸੀ 1997 ਤੋਂ ਲੈ ਕੇ ਹੁਣ ਤੱਕ ਦੀ ਤਾਂ ਉੱਥੇ ਜਦੋਂ ਰੈਲੀ ਕੀਤੀ ਜਾਂਦੀ ਹੈ ਜੇ ਉੱਥੇ ਵੱਡਾ ਇਕੱਠ ਹੋ ਜਾਂਦਾ ਹੈ ਇਹਦਾ ਭਾਵ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਚਣੌਤੀ ਦੇਣ ਦੀ ਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਪਹੁੰਚੀ ਹੋਈ ਹੈ। ਜੀ ਅਸੀਂ ਦੇਖਿਆ ਕਿ ਕੁਝ ਯਤਨ ਵੀ ਹੋਏ ਕਿ ਸਰਕਾਰੀ ਨੇ ਉਹਨਾਂ ਨੂੰ ਪਹਿਲਾਂ ਆਗਿਆ ਨਹੀਂ ਦਿੱਤੀ ਡੀਸੀ ਨੇ ਕਿ ਉੱਥੇ ਤਾਂ ਕੰਸਟ੍ਰਕਸ਼ਨ ਚੱਲ ਰਹੀ ਹੈ ਫਿਰ ਜਦੋਂ ਉਹਨਾਂ ਦੇ ਸਰਪੰਚ ਤੋਂ ਆਗਿਆ ਲਈ ਉਹਨਾਂ ਨੇ ਵੀ ਆਗਿਆ ਨੇ ਦਿੱਤੀ ਸਗੋ ਟੂਰਨਾਮੈਂਟ ਚੱਲ ਰਿਹਾ ਸੀ ਉਹਨੂੰ ਇੱਕ ਦਿਨ ਹੋਰ ਐਕਸਟੈਂਡ ਕਰ ਦਿੱਤਾ ਪਹਿਲਾਂ ਵੀ ਦਿਆਲ ਸਿੰਘ ਕੋਲਿਆਂਵਾਲੀ ਜਿਹੜਾ ਕੇਐਸਡੀ ਲੀਡਰ ਹੈ ਉੱਥੇ ਉਹਨੇ ਵੀ ਕੁਝ ਵਿਘਨ ਪਾਉਣ ਦੀ ਯਤਨ ਕੀਤੇ ਪਹਿਲਾਂ ਉਹਦੀਆਂ ਵੀ ਖਬਰਾਂ ਆਈਆਂ ਬਹੁਤ ਸਾਰੀਆਂ ਤਾਂ ਉਹਦੇ باوجود ਵੀ ਉੱਥੇ ਇੱਕ ਪ੍ਰਾਈਵੇਟ ਵਿਅਕਤੀ ਜਿਹੜਾ ਕਿ ਇਹਨਾਂ ਦੀ ਪਾਰਟੀ ਦਾ ਇਹੀ ਚਲੋ ਸਰਕਲ ਇਨਚਾਰਜ ਹੈ ਉਹਨੇ ਜਗ੍ਹਾ ਦਿੱਤੀ ਤੇ ਉੱਥੇ ਇਹ ਭਰਮੀ ਰੈਲੀ ਫੇਰ ਕੀਤੀ ਗਈ ਹੁਣ ਇਹ ਰੈਲੀ ਦੇ ਵਿੱਚ ਇੱਕ ਦੇਖਣ ਨੂੰ ਮਿਲਦਾ ਕਿ ਰੈਲੀ ਆਮ ਲੋਕਾਂ ਦੀ ਰੈਲੀ ਜਦੋਂ ਕਿਹਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਕਿ ਸਾਡੀ ਰੈਲੀ ਤਾਂ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਰੈਲੀ ਹੈ ਦਿਖਾਈ ਦਿੰਦਾ ਉੱਥੇ ਸਾਰੀ ਰੈਲੀ ਦੇ ਵਿੱਚ ਕੋਈ ਝੰਡਾ ਕੋਈ ਬੈਨਰ ਜੇ ਤੁਸੀਂ ਉਹ ਨਿਗਾਹ ਮਾਰਦੇ ਹੋ ਦਿਖਾਈ ਨਹੀਂ ਦਿੰਦਾ ਉੱਥੇ ਵੱਡੇ ਪੱਦਰ ਦੇ ਉੱਤੇ ਠੀਕ ਹੈ ਇੱਕ ਦੋ ਬੈਨਰ ਜੇ ਲੱਗੇ ਹੋਏ ਨੇ ਇਸ ਤੋਂ ਵੱਧ ਕੁਝ ਨਹੀਂ ਹੈਗਾ ਇੱਕ ਸਿੰਪਲ ਜਿਹਾ ਟੈਂਟ ਸਟੇਜ ਦੇ ਉੱਤੇ ਲੱਗਿਆ ਹੋਇਆ ਬਾਕੀ ਸਾਰੇ ਕੋਈ ਟੈਂਟ ਨਹੀਂ ਲੱਗੇ ਹੋਇਆ ਇਹਦਾ ਭਾਵ ਖਰਚੇ ਦੇ ਪੁਆਇੰਟ ਆਫ 뷰 ਨਾਲ ਜੇ ਤੁਸੀਂ ਇਹਨੂੰ ਕੰਪੇਅਰ ਕਰੋ ਅਕਾਲੀ ਦਲ ਦੀ ਮੋਗਾ ਰੈਲੀ ਦੇ ਨਾਲ ਤਾਂ ਹੋ ਸਕਦਾ ਉਹਦੇ ਉਹਦੇ ਨਾਲੋਂ 2% ਖਰਚਾ ਇਹਦੇ ਤੇ ਮਸਾਇਆ ਹੋਵੇ ਇਹਦਾ ਭਾਵ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਬਿਨਾਂ ਕਿਸੇ ਵੱਡੇ ਖਰਚੇ ਤੋਂ ਹੁੰਦੀਆਂ ਨੇ ਅਤੇ ਉਹਦੇ ਵਿੱਚ ਵੱਡੇ ਲੋਕਾਂ ਦੀ ਸ਼ਮੂਲੀਅਤ ਦਾ ਹੋਣਾ ਇਹ ਦਖਰਾ ਰਿਹਾ ਇਸ ਟਾਈਮ ਦੇ ਉੱਤੇ ਕਿ ਆਮ ਆਦਮੀ ਪਾਰਟੀ ਵਾਕਿਆ ਹੀ ਇੱਕ ਤੀਜੀ ਧਰ ਦੇ ਤੌਰ ਤੇ ਉੱਭਰੀ ਹੈ ਜਾਂ ਇੱਕ ਬਹੁਤ ਸੀਰੀਅਸ ਰੂਪ ਦੇ ਵਿੱਚ ਦੇਣ ਵਾਲੀ ਪਾਰਟੀ ਹੈ ਜਿਹੜੀ ਕਿ ਉੱਥੇ ਚੈਲੰਜ ਕਰ ਸਕਦੀ ਹੈ ਇੱਕ ਗੱਲ ਜੀ ਦੂਜੀ ਗੱਲ ਇਸਰਾਈਲੀ ਨੇ ਇੱਕ ਇਹ ਗੱਲ ਸ਼ਬਦ ਕੀਤੀ ਜਿਹੜੀ ਪਹਿਲਾਂ ਬਾਗਾ ਪ੍ਰਾਣੀ ਰੈਲੀ ਚ ਵੀ ਹੋਈ ਹੁਣ ਇਸ ਰੈਲੀ ਦੇ ਵਿੱਚ ਵੀ ਹੋਈ ਕਿ ਜਿਹੜਾ ਰੂਰਲ ਇੰਡੀਆ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਸ਼ਾਇਦ ਸ਼ਹਿਰਾਂ ਦੀ ਪਾਰਟੀ ਹੈ ਪਰ ਪੰਜਾਬ ਦੇ ਵਿੱਚ ਇਹ ਦਿਖਾਈ ਦੇ ਰਿਹਾ ਹੈ ਕਿ ਇਹ ਤਾਂ ਪਿੰਡਾਂ ਵਾਲਿਆਂ ਦੀ ਪਾਰਟੀ ਹੈ ਉਹਦੇ ਵਿੱਚ ਬਹੁ ਗਿਣਤੀ ਲੋਕਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਪਿੰਡਾਂ ਤੋਂ ਹੈ ਇੱਕ ਤਾਂ ਇਹ ਪੱਖ ਇਹਦੇ ਵਿੱਚ بڑا ਭਾਰੂ ਹੈ ਜੀ ਦੂਜੀ ਇਹਦੇ ਵਿੱਚ ਜਿਹੜੀ ਸਿੱਖ ਵੋਟਰ ਕਾਸ ਤੌਰ ਤੇ ਦੇਖਿਆ ਗਿਆ ਕਿ ਜਿਹੜੀਆਂ ਇਹ ਕੰਸਟੀਚੂਐਂਸੀਆਂ ਨੇ ਜਿਵੇਂ ਮੋਗਾ ਮੁਕਸਰ ਫਰੀਦਕੋਟ ਜਾਂ ਇਹ ਏਰੀਆ ਜਿਹੜਾ ਮੁਕਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਲੰਬੀ ਦਾ ਏਰੀਆ ਇੱਥੇ ਸਿੱਖ ਪੋਪੂਲੇਸ਼ਨ 70 ਤੋਂ ਲੈ ਕੇ 80% ਹੈ ਇਹਦਾ ਭਾਵ ਇਹ ਉਹ ਏਰੀਆ ਜਿੱਥੇ ਕਿ ਬਰਗਾੜੀ ਕਾਂਡ ਹੋਇਆ ਇਹ ਇਹਦਾ ਇਹ ਤੋਂ ਇਹ ਅਰਥ ਅਸੀਂ ਕੱਢ ਸਕਦੇ ਹਾਂ ਫਿਰ ਇਹ ਕਿਸਾਨੀ ਦਾ ਵਗੇ ਏਰੀਆ ਹੈ ਕਿ ਬਹੁ ਗਿਣਤੀ ਕਿਸਾਨ ਜਾਂ ਮਜ਼ਦੂਰਾਂ ਦਾ ਵੀ ਏਰੀਆ ਇਸ ਏਰੀਆ ਦੇ ਵਿੱਚ ਤੁਸੀਂ ਦੇਖੋਗੇ ਕਿ ਜੇ ਇਕੱਲੇ ਮੁਕਸਰ ਨੂੰ ਆਪਾਂ ਦੇਖੀਏ 71% ਇਹਦੇ ਵਿੱਚ ਸਿੱਖ ਪਾਪੂਲੇਸ਼ਨ ਹੈ तकरीबन 35 36% ਪਾਪੂਲੇਸ਼ਨ ਦਲਿਤ ਪਾਪੂਲੇਸ਼ਨ ਹੋਈ ਹੈ ਜੀ ਇਹਦਾ ਭਾਵ ਜਿਹੜੇ ਮਜ਼ਦੂਰ ਵਰਗ ਨੇ ਉੱਥੋਂ ਦੇ ਕਸਟੋਰਟੇ ਜਦੋਂ ਉਹਨਾਂ ਨੇ ਬੰਦ ਸਿੰਘ ਜਭਾਰ ਨੂੰ ਆਪਣੇ ਵਿੱਚ ਲੈ ਜੀ ਦੀਆਂ ਦੋਨੇ ਬਾਹਾਂ ਕੱਟੀਆਂ ਗਈਆਂ ਸੀ ਤਾਂ ਉਹਨੇ ਉੱਥੇ ਗੀਤ ਵੀ ਬੋਲਿਆ ਕਿ ਸੰਤਰਾਮੁਦਾਸੀ ਦਾ ਇਹਦਾ ਭਾਵ ਕਿਸਾਨੀ ਦੀ ਮੂਵਮੈਂਟ ਵੀ ਉੱਥੇ ਚੱਲਦੀ ਆ ਬਹੁਤੀ ਕਿਉਂਕਿ ਚਿੱਟੇ ਮੱਛਰ ਦਾ ਬਹੁਤਾ ਅਸਰ ਉਸ ਏਰੀਆ ਦੇ ਵਿੱਚ ਹੋਇਆ ਸੀ ਇਹ ਭਾਵ ਉਸ ਏਰੀਆ ਦੇ ਵਿੱਚ ਇੰਨੀ ਵੱਡੀ ਦੀ ਰੈਲੀ ਕਰ ਜਾਣਾ ਅਕਾਲੀ ਦਲ ਨੂੰ ਚੈਲੰਜ ਕਰਦਾ ਹੈ ਕਿ ਉਹਨਾਂ ਦੇ ਸਿੱਖ ਵੋਟ ਜਾਂ ਪੰਥਕ ਏਜੰਡੇ ਨੂੰ ਵੀ ਚੈਲੰਜ ਕਰਦਾ ਹੈ ਉਹਨਾਂ ਦੀ ਕਿਸਾਨੀ ਦੇ ਵਿੱਚ ਬੇਸ ਨੂੰ ਵੀ ਚੈਲੰਜ ਕਰਦਾ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਚੈਲੰਜ ਕਰਦਾ ਹੈ ਇੱਕ ਤਰ੍ਹਾਂ ਦੇ ਨਾਲ ਤਾਂ ਸ਼ਾਇਦ ਇਸੇ ਕਰਕੇ ਪੰਜਾਬ ਦੇ ਸੱਭਿਆਚਾਰ ਦੇ ਅਨੁਸਾਰ ਇਹਨਾਂ ਨੇ ਰੈਲੀ ਕੀਤੀ ਪੰਜਾਬ ਦੇ ਸੱਭਿਆਚਾਰ ਵਿੱਚ ਉਸ ਵਿਅਕਤੀ ਨੂੰ ਬਹੁਤਾ ਦਲੇਰ ਮੰਨਿਆ ਜਾਂਦਾ ਜਿਹੜਾ ਕਿਸੇ ਨੂੰ ਜਾ ਕੇ ਉਹਦੇ ਘਰ ਚ ਵੰਗਾਰਦਾ ਜਾਂ ਜਿਹੜਾ ਟੱਕਰ ਲੈਣ ਦੀ ਪੋਜੀਸ਼ਨ 'ਚ ਹੁੰਦਾ ਦਲੇਰਾਨ ਐਕਟ ਕਰਦਾ ਇਹਦਾ ਆਮ ਆਦਮੀ ਪਾਰਟੀ ਨੇ ਜੇ ਮਜੀਠੇ 'ਚ ਰੈਲੀ ਕਰਦੀ ਹੈ ਉਹ ਜਾਂ ਲੰਬੀ 'ਚ ਰੈਲੀ ਕਰਦੀ ਹੈ ਜਾਂ ਜਲਾਲਾਬਾਦ 'ਚ ਰੈਲੀ ਕਰਦੀ ਹੈ ਇਹਦਾ ਅਰਥ ਇਹ ਮੰਨਿਆ ਜਾਂਦਾ ਕਿ ਉਹ ਸੀਰੀਅਸ ਰੂਪ ਦੇ ਵਿੱਚ ਇਹਨੂੰ ਇੱਕ ਵੱਡਾ ਚੈਲੰਜ ਦੇ ਰਹੀ ਹੈ ਅਤੇ ਲੋਕਾਂ ਦੇ ਵਿੱਚ ਖਾਸ ਪ੍ਰਕਾਰ ਦੀ ਖੁੰਦਕ ਪੈਦਾ ਕਰ ਰਹੀ ਹੈ ਕਿ ਦੇਖੋ ਅਸੀਂ ਹੀ ਪਰਿਵਾਰ ਦੇ ਨਾਲ ਟੱਕਰ ਲੈਣ ਨੂੰ ਤਿਆਰ ਹਾਂ ਜਿਹੜਾ ਕਿ 10 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਤੇ ਛਾਇਆ ਹੋਇਆ ਅਤੇ ਉਹਨਾਂ ਦੇ ਅੱਗੇ ਕੋਈ ਬੋਲਦਾ ਨਹੀਂ ਅਸੀਂ ਬੋਲਦੇ ਹਾਂ ਸੋ ਬਹੁਤ ਵੱਡਾ ਚੈਲੰਜ ਹੈ ਇੱਕ ਤਰ੍ਹਾਂ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਦੇ ਰਹੀ ਹੈ ਪ੍ਰਭਾਵ ਚ ਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਰੈਲੀ ਵਿੱਚ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਖਿਲਾਫ ਐਲਾਨ ਦਿੱਤਾ ਗਿਆ ਇਸ ਦਾ ਕੀ ਅਰਥ ਹੈ ਕੀ ਐਲਾਨ ਕੀਤਾ ਗਿਆ ਹੈ ਤੇ ਕੀ ਪ੍ਰਭਾਵ ਪਾਉਣਾ ਚਾਹੁੰਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪੰਜਾਬ ਦੀ ਰਾਜਨੀਤੀ ਤੇ ਬਹੁਤ ਵੱਡੇ ਥੰਮ੍ਹ ਨੇ ਉਹਨਾਂ ਨੂੰ ਹਿਲਾ ਸਕਣਗੇ ਕਿਸੇ ਤਰ੍ਹਾਂ ਇਹ ਹਾਂ ਜਗਰਾਜਦੀਪ ਇਹ ਵੀ ਆਪਣੇ ਹੱਥ ਇੱਕ ਚੈਲੰਜ ਹੈ ਠੀਕ ਹੈ ਉਹ ਪੰਜਾਬ ਤੋਂ ਨਹੀਂ ਹੈਗੀ ਉਹ ਦਿੱਲੀ ਤੋਂ ਨੇ ਜੀ ਪਮਨਾਨ ਕਿ ਉਹਨਾਂ ਦੇ ਸ਼ਹਿਰਪੁਰ ਨੇ ਪਰ ਉਹ ਆਪ ਪੰਜਾਬ ਦੇ ਵਿੱਚੋਂ ਨਹੀਂ ਹੈਗੇ ਜੀ ਇੱਕੋ ਇੱਕ ਕੈਂਡੀਡੇਟ ਹੈ ਜਰਨੈਲ ਸਿੰਘ ਜਿਹੜਾ ਕਿ ਪੰਜਾਬ ਤੋਂ ਨਹੀਂ ਹੈ ਹੁਣ ਤੱਕ ਆਮ ਆਦਮੀ ਪਾਰਟੀ ਨੇ ਜਿਹੜੇ 106 ਕੈਂਡੀਡੇਟ ਅਨਾਉਂਸ ਕੀਤੇ ਨੇ ਉਹਨਾਂ ਚੋਂ 105 ਕੈਂਡੀਡੇਟ ਸਾਰੇ ਪੰਜਾਬ ਨਾਲ ਹੀ ਰਿਲੇਟਡ ਨੇ ਪੰਜਾਬ ਦੇ ਜੰਪਾਲ ਨੇ ਪੰਜਾਬ ਤੋਂ ਹੀ ਰਹਿਣ ਵਾਲੇ ਨੇ ਜੀ ਪਰ ਜਰਨੈਲ ਸਿੰਘ ਦਾ ਉੱਥੇ ਕੈਂਡੀਡੇਟ ਖੜਾ ਕਰਨਾ ਦੋ ਗੱਲਾਂ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ ਇੱਕ ਤਾਂ ਇਹ ਕਿ ਜਰਨੈਲ ਸਿੰਘ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋ-ਇਨਚਾਰਜ ਹੈ ਇਹਦਾ ਭਾਵੇਂ ਇੱਕ ਵੱਡਾ ਲੀਡਰ ਹੈ ਜੀ ਦੂਜਾ ਜਰਨੈਲ ਸਿੰਘ ਦਿੱਲੀ ਦੇ ਵਿੱਚੋਂ ਉਸ ਏਰੀਆ ਦੇ ਵਿੱਚੋਂ ਜਿੱਤੇ ਹੋਇਆ ਜਿੱਥੇ ਕਿ ਸਿੱਖ ਪਾਪੂਲੇਸ਼ਨ ਤਕਰੀਬਨ 90% ਹੈ ਰਜੋਰੀ ਗਾਰਡਨ ਦੇ ਵਿੱਚੋਂ ਹਾਂ ਉਹ ਤੀਜਾ ਕਿ ਉੱਥੇ ਉਹਨੇ ਇੱਕ ਮਨਜਿੰਦਰ ਸਿੰਘ ਸਿਰਸਾ ਨਾਂ ਦੇ ਅਕਾਲੀ ਲੀਡਰ ਨੂੰ ਜਿਹੜਾ ਕਿ ਅਰਬਪਤੀ ਹੈ ਹਰਾ ਕੇ ਆਇਆ ਹੋਇਆ। ਚੌਥੀ ਗੱਲ ਜਦੋਂ ਇਸ ਏਰੀਆ ਦੇ ਵਿੱਚ ਉਹਨੂੰ ਖੜਾ ਕੀਤਾ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੜਾ ਸਿੱਧਾ ਜਿਹਾ ਪੁਆਇੰਟ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਥਕ ਵੋਟ ਦੇ ਆਧਾਰ ਤੇ ਜਿੱਤਦਾ ਰਿਹਾ ਹੈ। ਤਾਂ ਉਹਦੇ ਪੰਥਕ ਏਜੰਡੇ ਨੂੰ ਚੈਲੰਜ ਕਰਨ ਵਾਲਾ ਜੇ ਕੋਈ ਵਿਅਕਤੀ ਇਹਨਾਂ ਦੇ ਵਿੱਚ ਸੀ ਜਾਂ ਤਾਂ ਫੂਲਕਾ ਸਾਹਿਬ ਸੀ। ਤਾਂ ਦੂਜੇ ਨੰਬਰ ਦੇ ਉੱਤੇ ਜਰਨੈਲ ਸਿੰਘ ਹੀ ਹੈ ਜਿਹੜਾ ਉਹਨੂੰ ਚੈਲੰਜ ਕਰ ਸਕਦਾ ਹੈ। ਜੀ। ਉਹ ਏਰੀਆ ਹੈ ਜਿੱਥੇ ਕਿ ਬਰਗਾੜੀ ਕਾਂਡ ਵਾਪਰਿਆ ਉਸ ਏਰੀਆ ਦੇ ਵਿੱਚ ਤਾਂ ਬਰਗਾੜੀ ਕਾਂਡ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਜਿਹੜਾ ਰੋਹ ਪੈਦਾ ਹੋਇਆ ਹੈ ਪੰਥਕ ਏਜੰਡੇ ਦੇ ਮਸਲੇ ਦੇ ਉੱਤੇ ਉਹਨੂੰ ਜਰਨੈਲ ਸਿੰਘ ਹੀ ਕਵਰ ਕਰ ਸਕਦਾ ਸੀ। ਜੀ। ਤਾਂ ਇਹਦਾ ਭਾਵ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਪੰਥਕ ਏਜੰਡੇ ਨੂੰ ਢਾਹ ਲਾਉਣ ਦੇ ਲਈ ਇੱਕ ਬਹੁਤ ਵੱਡਾ ਹਥਿਆਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਉੱਤੇ ਵਰਤਿਆ। ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਉਹ ਦਿੱਲੀ ਤੋਂ ਆਏ ਨੇ ਪੰਜਾਬ 'ਚ ਉਹਨਾਂ ਦੀ ਵੋਟ ਨਹੀਂ ਹੈਗੀ। ਸੋ ਕੀ ਉਹਨ ਨੇ ਉਹ ਤਾਂ لازمی ਪੰਜਾਬ ਦੇ ਵਿੱਚ ਉਹ ਵੋਟ ਉਹਨਾਂ ਨੇ ਬਣਾਈ ਹੋਈ ਇਹਨਾਂ ਨੂੰ ਜਾਣ ਨਹੀਂ ਹੈਗੇ ਉਹ ਡੋਮਿਸਲ ਲੈ ਸਕਦੇ ਨੇ ਕਿਸ ਪੰਜਾਬ ਦੇ ਵਿੱਚ ਕਿਸੇ ਏਰੀਆ 'ਚ ਕਿਰਾਏ ਦੇ ਮਕਾਨ ਲੈ ਕੇ ਵੀ ਤੁਸੀਂ ਵੋਟ ਬਣਾ ਸਕਦੇ ਹੋ ਬਣਾ ਲਈ ਹੋਣੀ ਹੈ ਉਹਨਾਂ ਨੇ ਜਾਂ ਬਣਾ ਲੈਣਗੇ ਹਲੇ ਟਾਈਮ ਹੈਗਾ ਤਾਂ ਇਸ ਰੂਪ ਦੇ ਵਿੱਚ ਇਹ ਤਾਂ ਚਲੋ ਇੱਕ ਵੱਖਰਾ ਪੱਖ ਹੋ ਗਿਆ ਦੂਜਾ ਹੁਣ ਜਰਨੈਲ ਸਿੰਘ ਜੇ ਉਹਨਾਂ ਨੂੰ ਚੁਣੌਤੀ ਗੱਲੇ ਨਹੀਂ ਕਿ ਜਰਨੈਲ ਸਿੰਘ ਜਿੱਤਦਾ ਜਾਂ ਨਹੀਂ ਜਿੱਤਦਾ ਸਾਨੂੰ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਬਹੁਤ ਵੱਡਾ ਆਧਾਰ ਹੈ 1997 ਤੋਂ ਲੈ ਕੇ ਹੁਣ 2012 ਤੱਕ ਚਾਰੇ ਇਲੈਕਸ਼ਨਾਂ ਪ੍ਰਕਾਸ਼ ਸਿੰਘ ਬਾਦਲ ਨੇ ਚੰਗੇ ਬਹੁਮਤ ਨਾਲ ਜਿੱਤੀਆਂ ਹੋਈਆਂ ਨੇ ਇਹ ਤੋਂ ਇਲਾਵਾ ਇਕੱਲੇ ਇਕੱਲੇ ਘਰ ਦੇ ਵਿੱਚ ਉਹਨਾਂ ਨੇ ਸਰਕਾਰੀ ਖਰਾਤ ਵੀ ਬਹੁਤ ਵੱਡੇ ਪੱਧਰ ਤੇ ਪਹੁੰਚੀ ਹੋਈ ਹੈ ਇਹ ਆਧਾਰ ਉਹਨਾਂ ਦਾ ਕੋਈ ਮਾੜਾ ਨਹੀਂ ਹੈਗਾ ਉੱਥੇ ਪਰ ਉੱਥੋਂ ਇਹ ਵੀ ਜ਼ਰੂਰੀ ਨਹੀਂ ਹੈ ਕਿ ਜਰਨੈਲ ਸਿੰਘ ਜਿੱਤੇ ਜਾਂ ਨਾ ਜਿੱਤੇ ਇਹ ਇਹ ਪੁਆਇੰਟ ਹੀ ਨਹੀਂ ਹੈ ਪੁਆਇੰਟ ਤਾਂ ਸਿਰਫ ਉਹਨਾਂ ਨੂੰ ਚੁਣੌਤੀ ਦੇਣ ਦਾ ਹੈ ਸਿਰਫ ਇੱਕ ਇਹ ਗੱਲ ਦੱਸਣ ਦੇ ਲਈ ਹੈ ਕਾਂਗਰਸ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਕਿ ਅਸੀਂ ਸੀਰੀਅਸ ਰੂਪ ਦੇ ਵਿੱਚ ਇਹਨਾਂ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਵਿਰੁੱਧ ਆਪਣੇ ਕੈਂਡੀਡੇਟ ਉਤਾਰ ਰਹੇ ਹਾਂ ਜਦੋਂ ਕਿ ਹਾਲੇ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਦਾ ਅਨਾਉਂਸਮੈਂਟ ਵੀ ਨਹੀਂ ਹੋਈ ਕਿ ਉਹਨੂੰ ਉੱਥੋਂ ਚੋਣ ਲੜਨੀ ਹੈ ਕਿ ਨਹੀਂ ਲੜਨੀ ਜੀ ਬਿਲਕੁਲ ਜਲਾਲਾਬਾਦ ਵਾਲੀ ਪੋਜੀਸ਼ਨ ਉੱਤੇ ਹੈ ਉੱਤੇ ਵੀ ਭਗਵੰਤ ਮਾਨ ਨੂੰ ਇਹਨਾਂ ਨੇ ਅਨਾਉਂਸ ਕਰਤਾ ਪਰ ਹਾਲੇ ਸੁਖਵੀਰ ਨੇ ਅਨਾਉਂਸ ਨਹੀਂ ਕੀਤਾ ਇਹਦਾ ਭਾਵ ਉਹਨਾਂ ਦੋਨਾਂ ਲੀਡਰਾਂ ਦੇ ਅਨਾਉਂਸ ਕਰਨ ਤੋਂ ਪਹਿਲਾਂ ਹੀ ਆਪਣੇ ਕੈਂਡੀਡੇਟ ਅਨਾਉਂਸ ਕਰਦੇ ਨੇ ਸੰਦੇਸ਼ ਦੇਣ ਵਾਲੀ ਗੱਲ ਹੈ ਕਿ ਅਸੀਂ ਬਹੁਤ ਸੰਜੀਦਾ ਹਾਂ ਇਲੈਕਸ਼ਨ ਲੜਨ ਦੇ ਵਿੱਚ ਅਸੀਂ ਆਪਣੇ ਵੱਡੇ ਵਿਅਕਤੀਆਂ ਨੂੰ ਖੜਾ ਕੇ ਉਹਨਾਂ ਨੂੰ ਚੈਲੰਜ ਕਰਨਾ ਚਾਹੁੰਦੇ ਹਾਂ ਕਿ ਹਾਂ ਆਮ ਵਿਅਕਤੀ ਵੀ ਵੱਡੇ ਜ਼ਗੀਰਦਾਰਾਂ ਨੂੰ ਜੇ ਵੱਡੇ ਘਰਾਣਿਆਂ ਨੂੰ ਹਰਾ ਸਕਦਾ ਇੱਕ ਇਹ ਇੱਕ ਤਰ੍ਹਾਂ ਦੀ ਪੋਜੀਸ਼ਨ ਹੈ ਜਿਹੜੀ ਆਮ ਆਦਮੀ ਪਾਰਟੀ ਲੈਂਦੀ ਹੈ ਕਿ ਅਸੀਂ ਇੱਕ ਆਮ ਲੋਕਾਂ ਆਮ ਵਿਅਕਤੀਆਂ ਸਾਡੇ ਕੋਲ ਕੋਈ ਵੱਡੇ ਪੈਸੇ ਨਹੀਂ ਤਨਾੜ ਨਹੀਂ ਹੈਗੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਚੁਣੌਤੀ ਦੇ ਸਕਦੇ ਹਾਂ ਇਹਦਾ ਭਾ ਪੰਜਾਬ ਦੇ ਆਮ ਲੋਕਾਂ ਨੂੰ ਜਗਾਉਣ ਦੇ ਲਈ ਕਿ ਤੁਹਾਡੇ ਚ ਬਹੁਤ ਸ਼ਕਤੀ ਹੈ ਜੇ ਤੁਸੀਂ ਚਾਹੋ ਤਾਂ ਵੱਟੇ ਵੱਡੇ ਥੰਮਾ ਨੂੰ ਤੁਸੀਂ ਹਰਾ ਸਕਦੇ ਹੋ ਤਾਂ ਉਸ ਰੂਪ ਦੇ ਵਿੱਚ ਜਰਨੈਲ ਸਿੰਘ ਦਾ ਉੱਥੇ ਆਉਣਾ ਇੱਕ ਵੱਡੀ ਚੁਣੌਤੀ ਦੇ ਰੂਪ ਤੇ ਪੇਸ਼ ਕੀਤਾ ਜਾ ਰਿਹਾ ਹੈ। ਡਾਕਟਰ ਸਾਹਿਬ ਕਾਂਗਰਸ ਦੇ ਕਪਤਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੀ ਇਹ ਉਮੀਦਵਾਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਖੜੇ ਕਰਨ ਦੇ ਬਾਵ ਇਹ ਦੋਨੇ ਮਿਲੀ ਭੌਗਤ ਹੈ ਦੋਨੇ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਨੇ। ਇਸ ਬਿਆਨ ਬਾਰੇ ਤੁਸੀਂ ਕੀ ਕਹੋਗੇ? ਹਾਂ ਜੀ ਗ੍ਰੇਟੀ ਵੀ ਇਹ ਵੀ ਚਲੋ ਨਾਲ ਦੀ ਨਾਲ ਅਸੀਂ ਦੇਖਿਆ ਕਿ ਅਮਰਿੰਦਰ ਸਿੰਘ ਦਾ ਜਿਹੜਾ ਆਈਟੀ ਡਿਪਾਰਟਮੈਂਟ ਹੈ ਉਹ ਬਹੁਤ ਐਕਟਿਵ ਹੈ। ਉਹ ਟਵੀਟ ਕਰਨ ਦੇ ਵਿੱਚ ਬੜਾ ਮਹਾਰਾ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਵੱਧ ਤੋਂ ਵੱਧ ਯੂਜ਼ ਹੋਏ ਇੰਟਰਨੈਟ ਦੀ ਦਾ ਸੋਸ਼ਲ ਮੀਡੀਆ ਦੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਇਹ ਟਵੀਟ ਕੀਤੀ ਹੈ ਕਿ ਆਮ ਆਦਮੀ ਪਾਰਟੀ ਅਤੇ ਪ੍ਰਕਾਸ਼ ਸਿੰਘ ਬਾਦਲ ਆਪਸ ਵਿੱਚ ਰਲੇ ਹੋਏ ਨੇ ਇਸ ਕਰਕੇ ਉਹਨਾਂ ਨੇ ਜਰਨੈਲ ਸਿੰਘ ਨੂੰ ਉੱਤੇ ਖੜਾ ਕੀਤਾ ਜਿਹੜੀ ਕੈਪਟਨ ਅਮਰਿੰਦਰ ਨੇ ਇਹ ਕਹਿਣ ਦਾ ਯਤਨ ਕੀਤਾ ਕਿ ਜਰਨੈਲ ਸਿੰਘ ਕੋਈ ਕੈਂਡੀਡੇਟ ਨਹੀਂ ਹੈ ਇਹ ਤਾਂ ਨਾ માત્ર ਦਾ ਕੈਂਡੀਡੇਟ ਹੈ ਇਹਦੀ ਉੱਤੇ ਕੀ ਵੈਲਿਊ ਹੈ ਹਾਂ ਅਮਰਿੰਦਰ ਸਿੰਘ ਦੀਆਂ ਨਜ਼ਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ 106 ਦੇ 6 ਕੈਂਡੀਡੇਟ ਸਾਰੇ ਆਮ ਆਦਮੀ ਨੇ ਐਵੇਂ ਪੰਜ ਚਾਰ ਨੂੰ ਛੱਡ ਕੇ ਬਾਕੀਆਂ ਦੀ ਤਾਂ ਹੋਂਦੇ ਕੋਈ ਨਹੀਂ ਜੇ ਦੇਖਿਆ ਜਾਵੇ ਰਾਜਨੀਤਿਕ ਪੱਧਰ ਦੇ ਉੱਤੇ ਉਹਨਾਂ ਚੋਂ ਕਦੇ ਕੋਈ ਐਮਐਲਏ ਨਹੀਂ ਰਿਹਾ ਕਦੇ ਕੋਈ ਮੰਤਰੀ ਨਹੀਂ ਰਿਹਾ ਕਦੇ ਕੋਈ ਵੱਡੇ ਅਹੁਦਿਆਂ ਤੇ ਨਹੀਂ ਰਿਹਾ ਇਹਦਾ ਭਾਵ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਸਾਰੇ ਆਮ ਆਦਮੀ ਨੇ ਸਿੰਪਲ ਜਿਹੇ ਵਿਅਕਤੀ ਨੇ ਵੀ ਇਹ ਵੱਡੇ ਵਿਅਕਤੀਆਂ ਨੂੰ ਥੰਮ ਕਿਵੇਂ ਹਿਲਾ ਸਕਣਗੇ ਉਹਦੇ ਰੂਪ ਦੇ ਵਿੱਚ ਤਾਂ ਹੁਣ ਜਿਹੜੇ ਬਾਕੀ ਦੇ 4 4 3 3 ਵਾਰੀ ਜਿੱਤੇ ਹੋਏ ਐਮਐਲਏ ਐਮਪੀ ਨੇ ਉਹ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਤਾਂ ਕੈਪਟਨ ਮਰਿੰਦਰ ਸਿੰਘ ਦੀ ਸੋਚ ਆਪਣੇ ਤੌਰ ਤੇ ਸਹੀ ਹੋ ਸਕਦੀ ਹੈ ਪਰ ਦੂਜੇ ਪੱਧਰ ਤੇ ਅਸਲ ਵਿੱਚ ਉਹਨਾਂ ਨੇ ਰਾਜਨੀਤਿਕ ਟਿੱਬੀ ਲਾਈ ਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਇਹੀ ਪ੍ਰਚਾਰ ਕਰਦੀ ਆ ਰਹੀ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਆਪਸ ਵਿੱਚ ਰਲੇ ਹੋਏ ਨੇ ਹਮ ਰਲ ਕੇ ਚੋਲੜ ਰੜ ਰਹੇ ਨੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਨੇ ਮਦਦ ਕਰ ਰਹੇ ਨੇ ਤਾਂ ਨਾਲ ਦੀ ਨਾਲ ਕੇਜਰੀਵਾਲ ਦੀ ਵੀ ਟਵੀਟ ਆਈ ਹੈ ਉਹ ਕਹਿੰਦੇ ਨੇ ਵੀ ਫਿਰ ਅਮਰਿੰਦਰ ਸਿੰਘ ਦੱਸਣ ਕਿ ਉਹ ਆਪ ਇਲੈਕਸ਼ਨ ਲੜ ਰਹੇ ਨੇ ਬਾਦਲ ਦੇ ਵਿਰੁੱਧ ਜਾਂ ਸੁਖਵੀਰ ਦੇ ਵਿਰੁੱਧ ਇਹਦਾ ਭਾਵ ਜੇ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇੱਕ ਤਰ੍ਹਾਂ ਨਾਲ ਮੈਨੂੰ ਤਾਂ ਇਹ ਲੱਗਦਾ ਕਿ ਫਸਣ ਵਾਲੀ ਪੋਜੀਸ਼ਨ ਦੇ ਵਿੱਚ ਪਹੁੰਚਦਾ ਸਿਰਫ ਉਹਨਾਂ ਦਾ ਇਹ ਜਵਾਬ ਦੇਣਾ ਕਿ ਹਾਂ ਜੀ ਕਾਂਗਰਸ ਤੇ ਅਕਾਲੀ ਰਲੇ ਹੋਏ ਨੇ ਉਹ ਉਹਨੇ ਇੱਕ ਤਰ੍ਹਾਂ ਦਾ ਪਲਟਵਾਰ ਕਰਤਾ ਕਿ ਨਹੀਂ ਬਾਦਲ ਤੇ ਆਮ ਆਦਮੀ ਪਾਰਟੀ ਰਲੇ ਹੋਏ ਨੇ ਪਰ ਸਮੱਸਿਆ ਇਹ ਆਉਂਦੀ ਹੈ ਕਿ ਲੋਕ ਅਮਰਿੰਦਰ ਸਿੰਘ ਤੇ ਵਿਸ਼ਵਾਸ ਕਿਵੇਂ ਕਰਨਗੇ ਹੂੰ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨੇ ਹਾਕਮ ਪਾਰਟੀ ਦੇ ਵਿਰੋਧ ਦੇ ਵਿੱਚ ਬੜੀ ਮਿਹਨਤ ਚੜਾਈ ਹੋਈ ਹੈ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਾਂ ਉਥੋਂ ਦੀ ਬੇਰੁਜ਼ਗਾਰੀ ਦੇ ਵਿਰੋਧ ਦੇ ਵਿੱਚ ਜਾਂ ਉਥੋਂ ਦੇ ਜਿਹੜੇ ਹੋਰ ਮਸਲੇ ਨੇ ਕਿਸਾਨੀ ਦੇ ਮਸਲੇ ਨੇ ਬੇਰੁਜ਼ਗਾਰੀ ਦੇ ਮਸਲੇ ਨੇ ਇਹ ਸਾਰੇ ਆਮ ਆਦਮੀ ਪਾਰਟੀ ਨੇ ਚੁੱਕੇ ਨੇ mafia ਦੇ ਮਸਲੇ ਨੇ ਕਾਂਗਰਸ ਤਾਂ ਬਹੁਤ ਲੇਟ ਆਈ ਹੈ ਫੀਲਡ ਦੇ ਵਿੱਚ ਜੇ ਹੁਣ ਅਮਰਿੰਦਰ ਸਿੰਘ ਕਹੂਗਾ ਵੀ ਇਹ ਗੱਲ ਕਿ ਹਾਂ ਇਹ ਆਪਸ ਵਿੱਚ ਰਲੇ ਹੋਏ ਨੇ ਲੋਕੋ ਨੂੰ ਮੰਨਣਗੇ ਕਿਵੇਂ ਸਗੋਂ ਲੋਕ ਉਹਦਾ ਇੱਕ ਤਰ੍ਹਾਂ ਦਾ ਹਾਸਾ ਜਾਂ ਮਜ਼ਾਕ ਦੇ ਰੂਪ ਵਿੱਚ ਹੀ ਲੈਣਗੇ ਕਿ ਅਮਰਿੰਦਰ ਸਿੰਘ ਇਹਦੇ ਪ੍ਰਤੀ ਸੀਰੀਅਸ ਨਹੀਂ ਦਿਖਾਈ ਦੇ ਰਿਹਾ ਸੋ ਅਜਿਹੀ ਗੱਲ ਕਿ ਲੱਗਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੰਦਰ ਖਾਤੇ ਇੱਕ ਡਰ ਮਾਰ ਰਿਹਾ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਸ 벨ਟ ਦੇ ਵਿੱਚ ਮਾਲਵੇ ਦੇ ਵਿੱਚ ਜਿੱਥੇ ਅਮਰਿੰਦਰ ਸਿੰਘ ਇਹ ਮਹਿਸੂਸ ਕਰਦਾ ਹੈ ਕਿ ਮੇਰਾ ਵੀ ਚੰਗਾ ਬੇਸ ਹੈ ਉੱਥੇ ਕਿਸਾਨੀ ਦੇ ਵਿੱਚ ਅਕਾਲੀਆਂ ਦਾ ਵੀ ਉੱਥੇ ਬੇਸ ਹੈ ਹੁਣ ਆਮ ਆਦਮੀ ਵੀ ਹਟੇ ਉਹਨਾਂ ਦੋਹਾਂ ਦੇ ਬੇਸ ਦੇ ਵਿੱਚੋਂ ਹੀ ਤਾਂ ਨ ਯੋਦਾ ਆਪਦਾ ਪ੍ਰਾਣਾ ਬੇਸ ਤਾਂ ਹੈ ਕੋਈ ਨਹੀਂ ਤਾਂ ਕਿੰਨਾ ਕੋ ਬੇਸ ਹੋ ਚੋਂ ਖਤਮ ਕਰ ਸਕਦੀ ਹੈ ਤੇ ਚਲੋ ਸਮਾਂ ਦੱਸੇਗਾ ਪਰ ਇਸ ਤਰ੍ਹਾਂ ਦੀਆਂ ਰੈਲੀਆਂ ਕਰਕੇ ਜਾਂ ਇਸ ਤਰ੍ਹਾਂ ਦੇ ਨਾਲ ਨਵੇਂ ਕੈਂਡੀਡੇਟ ਖੜੇ ਕਰਕੇ ਉਹਨਾਂ ਨੂੰ ਚੈਲੰਜ ਦੇਣਾ ਆਮ ਜੇ ਲੋਕਾਂ ਦੇ ਦੁਆਰਾ ਇਹ ਵੀ ਬਹੁਤ ਵੱਡੀ ਗੱਲ ਹੈ ਪੰਜਾਬ ਦੀ ਰਾਜਨੀਤੀ ਦੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸੋਵੇਸੀ ਅੱਜ ਦਾ ਮੁੱਦਾ ਕੱਲ ਨੂੰ ਇੱਕ ਨਵੇਂ ਮੁੱਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ